ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਬਣਾਈ ਗਈ ਪੰਜਵੇਂ ਵਰੀ ਕਮੇਟੀ ਦੇ ਸੱਦੇ ਤੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਸਮੂਹ ਪੰਥ ਖਾਲਸਾ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ, ਸਾਥੀ ਸਿੰਘ ਸਤੀਸ਼ਗੜ੍ਹ ਗਏ ਸੀ, ਤਕਰੀਬਨ ਹੁਣ ਪਹੁੰਚ ਰਹੇ ਨੇ। ਉਹ ਮਾਫ਼ੀ ਮੰਗਦੇ ਸੀ, ਅਸੀਂ ਪੰਜ ਸਿੰਘ ਹਮੇਸ਼ਾ ਤੋਂ ਹੀ ਪੰਥਕ ਏਕਤਾ ਦੇ ਮਦਈ ਹਾਂ। ਬਰਗਾੜੀ ਵਿਖੇ ਅਸੀਂ ਪੰਜ ਸਿੰਘਾਂ ਨੇ ਸੁਝਾਅ ਦਿੱਤਾ ਸੀ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਉੱਥੇ ਪੁੱਜਦੀਆਂ ਹਨ ਉਹਨਾਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਇੱਕ ਪੰਥਕ ਕਮੇਟੀ ਗਠਨ ਕੀਤੀ ਜਾਵੇ ਅਤੇ ਉਹ ਕਮੇਟੀ ਹੀ ਬਰਗਾੜੀ ਮੋਰਚੇ ਦਾ ਫੈਸਲਾ ਕਰੇ ਅਤੇ ਨਾਲ ਹੀ ਏਕਤਾ ਦਾ ਬੰਨ ਨੂੰ ਬੰਨਿਆ ਜਾ ਸਕੇਗਾ। ਪਰ ਬਰਗਾੜੀ ਪ੍ਰਬੰਧਕਾਂ ਵੱਲੋਂ ਸਾਡੇ ਸੁਝਾਅ ਨੂੰ ਉਸ ਸਮੇਂ ਨਹੀਂ ਮੰਨਿਆ ਗਿਆ। ਚਲੋ ਹੁਣ ਇਸ ਤੋਂ ਅੱਗੇ ਮੰਨਿਆ ਜਾਵੇਗਾ ਅਤੇ ਪੰਥ ਦਾ ਭਲਾ ਹੋਵੇਗਾ। ਹੁਣ ਅੱਜ ਵੀ ਇਸ ਪੰਥਕ ਇਕੱਤਰਤਾ ਵਿੱਚ ਆਈਆਂ ਸਾਰੀਆਂ ਪੰਥਕ ਜਥੇਬੰਦੀਆਂ ਦਾ ਇੱਕ ਇੱਕ ਮੈਂਬਰ ਲੈ ਕੇ ਪੰਜਵੇਂ ਵਰੀ ਕਮੇਟੀ ਰਾਹੀਂ ਇੱਕ ਵੱਡੀ ਕਮੇਟੀ 31-51-100 ਜਾਂ ਇਸ ਤੋਂ ਵੱਧ ਵੀ ਬਣਾਈ ਜਾ ਸਕਦੀ ਹੈ। ਅੱਜ ਦੀ ਮੀਟਿੰਗ ਵਿੱਚ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿ ਇੱਕ ਇੱਕ ਮੈਂਬਰ ਲੈ ਕੇ ਇਹ ਕਮੇਟੀ ਬਣਾਈ ਲੈ ਜਾਵੇ। ਭਵਿੱਖ ਵਿੱਚ ਸਾਰੀਆਂ ਜਥੀਆਂ ਬੰਦਿਆਂ ਵੱਲੋਂ ਮਿਲ ਕੇ ਕੋਈ ਪ੍ਰੋਗਰਾਮ ਲੀਕਿਆ ਜਾਵੇ। ਸਾ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਹੀ ਆਉਣ ਵਾਲੇ ਕਾਰਜ ਕੀਤੇ ਜਾਣ, ਜਿਸ ਨਾਲ ਏਕਤਾ ਹੋ ਜਾਵੇਗੀ ਅਤੇ ਅਗਲੇਰੇ ਪੜਾਅ ਵੱਲ ਵੀ ਵਧਿਆ ਜਾ ਸਕੇਗਾ। ਅੱਜ ਬਣਾਈ ਗਈ ਕਮੇਟੀ ਵਿੱਚੋਂ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਵਕੀਲਾਂ ਦੀ ਪੈਨਲ ਕਮੇਟੀ ਦਾ ਗਠਨ ਕੀਤਾ ਜਾਵੇ। ਧਾਰਮਿਕ ਪ੍ਰੋਗਰਾਮ ਲਈ ਧਾਰਮਿਕ ਗੁਰਮੁਖਾਂ ਦੀ ਕਮੇਟੀ ਬਣਾਈ ਜਾਵੇ ਅਤੇ ਰਾਜਨੀਤੀ ਵਾਸਤੇ ਕੋਈ ਪੋਲੀਟੀਵਿੰਗ ਕਮੇਟੀ ਬਣਾਈ ਜਾਵੇ। ਅਸੀਂ ਇਸ ਕਮੇਟੀ ਦੀ ਪੂਰਨ ਹਮਾਇਤ ਕਰਾਂਗੇ। ਕੋਈ ਵੱਖਰੀ ਸੰਸਥਾ ਜਥੇਬੰਦੀ ਨਾ ਬਣਾਈ ਜਾਵੇ। ਪਹਿਲਾਂ ਹੀ ਬਹੁਤ ਸਾਰੀਆਂ ਪਾਰਟੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨ, ਨਾ ਹੁਣ ਨਵੀਂ ਪਾਰਟੀ ਦਾ ਗਠਨ ਕੀਤਾ ਜਾਵੇ। ਸਗੋਂ ਹਮ ਖਿਆਲ ਸਾਰੀ ਜਥੇਬੰਦੀਆਂ ਪਾਰਟੀਆਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਅੱਗੇ ਚੱਲਿਆ ਜਾ ਸਕਦਾ ਹੈ। ਬਾਕੀ ਸਾਡੀ ਜੋ ਵੀ ਸੰਗਤਾਂ ਡਿਊਟੀ ਲਗਾਉਣਗੀਆਂ ਅਸੀਂ ਪੂਰੀ ਤਨਦੇਹੀ ਨਾਲ ਕਰਾਂਗੇ। ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿਸ ਅਨੋਖੇ ਸ਼ਹੀਦ ਨੇ ਇਸ ਕੌਮ ਦੀ ਖਾਤਰ, ਧਰਮ ਦੀ ਖਾਤਰ ਆਪਣਾ ਸਿਰ ਲਾ ਦਿੱਤਾ ਸੀ। ਅੱਜ ਸਾਨੂੰ ਸਿਰ ਲਾਉਣ ਦੀ ਜ਼ਰੂਰਤ ਨਹੀਂ, ਸਾਨੂੰ ਆਪਣੇ ਹਉਮੈ ਰੂਪੀ ਸਵਾਰਥ ਰੂਪੀ ਸਿਰ ਲਾਉਣ ਦੀ ਜ਼ਰੂਰਤ ਹੈ। ਸੋ ਕਿਰਪਾ ਕਰਕੇ ਧੰਨਵਾਦ ਸਾਹਿਬ ਬੇਨਤੀ ਕਰਦੇ ਹਾਂ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।